ਜੈ ਹਿੰਦ ਦੋਸਤੋ, ਇੱਕ ਨਵੀਂ ਕਿਸਮ ਦੇ ਫਰੋਡ ਤੋਂ ਬਚਾਉਣ ਲਈ ਤੁਹਾਡੇ ਨਾਲ ਜਿਹੜੀ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ। ਇਹ ਜਾਣਕਾਰੀ ਉਹਨਾਂ ਵੀਰਾਂ ਲਈ ਹੈ ਜਿਹੜੇ ਵਟਸਐਪ ਦੀ ਵਰਤੋਂ ਕਰਦੇ ਆ ਫੋਨ ਦੇ ਵਿੱਚ, ਜਿਨ੍ਹਾਂ ਦੇ ਵਿੱਚ ਵਟਸਐਪ ਐਪ ਹੈ ਜਿਹੜੀ ਉਹ ਇੰਸਟਾਲ ਕੀਤੀ ਹੋਈ ਹੈ। ਉਹ ਸਾਰੇ ਵੀਰ ਜਾਣਕਾਰੀ ਹੈ ਜਿਹੜੀ ਧਿਆਨ ਨਾਲ ਸੁਣ। ਜਾਣਕਾਰੀ ਇਹ ਹੈ ਕਿ ਅੱਜ ਕੱਲ੍ਹ ਜਿਹੜਾ ਵਟਸਐਪ ਗਰੁੱਪਾਂ ਦੇ ਵਿੱਚ ਅਨਨੋਨ ਨੰਬਰਾਂ ਤੋਂ ਜਿਹੜਾ ਇੱਕ ਬੈਡਿੰਗ ਇਨਵੀਟੇਸ਼ਨ, ਵਿਆਹ ਦਾ ਜਿਹੜਾ ਆਪਾਂ ਸੱਦਾ ਪੱਤਰ ਕਹਿ ਸਕਦੇ ਹਾਂ, ਉਹ ਕਾਰਡ ਆ ਜਿਹੜਾ ਉਹ APK ਫਾਈਲ ਜਾਂ PDF ਫਾਈਲ ਦੇ ਵਿੱਚ ਪਾਇਆ ਜਾ ਰਿਹਾ ਗਰੁੱਪਾਂ ਦੇ ਵਿੱਚ। ਅਤੇ ਜਦੋਂ ਵੀ ਵੀਰ ਆ ਜਿਹੜੇ ਇਹ ਚੀਜ਼ ਲਿੰਕ ਦੇ ਉੱਪਰ, ਇਹਦੇ ਐਪ ਦੇ ਉੱਪਰ ਕਲਿੱਕ ਕਰਦੇ ਆ, ਤਾਂ ਤੁਹਾਡਾ ਫੋਨ ਆ ਜਿਹੜਾ ਉਹ ਹੈਕ ਹੋ ਸਕਦਾ ਅਤੇ ਤੁਹਾਡੇ ਫੋਨ ਦਾ ਜਿਹੜਾ ਡਾਟਾ ਉਹ ਚੋਰੀ ਹੋ ਸਕਦਾ। ਜੇਕਰ ਤੁਹਾਡਾ ਫੋਨ ਨੰਬਰ ਹੈ ਜਿਹੜਾ ਬੈਂਕ ਖਾਤੇ ਨਾਲ ਲਿੰਕ ਕੀਤਾ ਹੋਇਆ, ਤਾਂ ਤੁਹਾਡਾ ਬੈਂਕ ਖਾਤਾ ਜਿਹੜਾ ਉਹਦੇ 'ਚੋਂ ਵੀ ਪੈਸੇ ਕੱਟੇ ਜਾ ਸਕਦੇ ਆ। ਇਹ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ, ਇਸ ਤਰ੍ਹਾਂ ਦੀ ਫਾਈਲ ਹੈ ਤੁਹਾਨੂੰ ਵਟਸਐਪ ਗਰੁੱਪਾਂ ਦੇ ਵਿੱਚ ਮਿਲੇਗੀ। ਇਹ ਤੋਂ ਸੁਚੇਤ ਰਹਿਣਾ, ਜੇਕਰ ਕਿਸੇ ਵੀਰ ਦੇ ਨਾਲ ਕੋਈ ਅਜਿਹੀ ਘਟਨਾ ਵਾਪਰਦੀ ਹੈ ਅਤੇ ਕਿਸੇ ਵੀਰ ਦੇ ਖਾਤੇ 'ਚੋਂ ਪੈਸੇ ਕੱਟੇ ਜਾਂਦੇ ਆ ਜਾਂ ਫੋਨ ਹੈਕ ਹੋ ਜਾਂਦਾ, ਤਾਂ ਉਹ ਤੁਰੰਤ ਸਰਕਾਰ ਵੱਲੋਂ ਟੋਲ ਫਰੀ ਨੰਬਰ 1930 ਇੱਥੇ ਕਾਲ ਕਰਕੇ ਤੁਸੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਅਤੇ ਇੱਕ ਲਿੰਕ ਪਾਇਆ ਗਿਆ, ਇਹ ਸਾਈਟ ਆ ਜਿਹੜੀ ਭਰ ਕੇ ਤੁਸੀਂ ਇਹ 'ਤੇ ਵੀ ਤੁਸੀਂ ਸ਼ਿਕਾਇਤ ਆ ਜਿਹੜੀ ਦਰਜ ਕਰਾ ਸਕਦੇ ਹੋ। ਅਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਭਰਾ ਦਾ ਨੁਕਸਾਨ ਨਾ ਹੋਵੇ। ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਮੇਰੇ ਪੇਜ ਨੂੰ ਫੋਲੋ ਕਰ ਲੈਣਾ। ਧੰਨਵਾਦ ਜੀ। ਜੈ ਹਿੰਦ। ਜੈ ਹਿੰਦ ਦੋਸਤੋ, ਇੱਕ ਨਵੀਂ ਕਿਸਮ ਦੇ ਫਰੋਡ ਤੋਂ ਬਚਾਉਣ ਲਈ ਤੁਹਾਡੇ ਨਾਲ ਜਿਹੜੀ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ। ਇਹ ਜਾਣਕਾਰੀ ਉਹਨਾਂ ਵੀਰਾਂ ਲਈ ਹੈ ਜਿਹੜੇ ਵਟਸਐਪ ਦੀ ਵਰਤੋਂ ਕਰਦੇ ਆ ਫੋਨ ਦੇ ਵਿੱਚ, ਜਿਨ੍ਹਾਂ ਦੇ ਵਿੱਚ ਵਟਸਐਪ ਐਪ ਹੈ ਜਿਹੜੀ ਉਹ ਇੰਸਟਾਲ ਕੀਤੀ ਹੋਈ ਹੈ। ਉਹ ਸਾਰੇ ਵੀਰ ਜਾਣਕਾਰੀ ਹੈ ਜਿਹੜੀ ਧਿਆਨ ਨਾਲ ਸੁਣ। ਜਾਣਕਾਰੀ ਇਹ ਹੈ ਕਿ ਅੱਜ ਕੱਲ੍ਹ ਜਿਹੜਾ ਵਟਸਐਪ ਗਰੁੱਪਾਂ ਦੇ ਵਿੱਚ ਅਨਨੋਨ ਨੰਬਰਾਂ ਤੋਂ ਜਿਹੜਾ ਇੱਕ ਬੈਡਿੰਗ ਇਨਵੀਟੇਸ਼ਨ, ਵਿਆਹ ਦਾ ਜਿਹੜਾ ਆਪਾਂ ਸੱਦਾ ਪੱਤਰ ਕਹਿ ਸਕਦੇ ਹਾਂ, ਉਹ ਕਾਰਡ ਆ ਜਿਹੜਾ ਉਹ APK ਫਾਈਲ ਜਾਂ PDF ਫਾਈਲ ਦੇ ਵਿੱਚ ਪਾਇਆ ਜਾ ਰਿਹਾ ਗਰੁੱਪਾਂ ਦੇ ਵਿੱਚ। ਅਤੇ ਜਦੋਂ ਵੀ ਵੀਰ ਆ ਜਿਹੜੇ ਇਹ ਚੀਜ਼ ਲਿੰਕ ਦੇ ਉੱਪਰ, ਇਹਦੇ ਐਪ ਦੇ ਉੱਪਰ ਕਲਿੱਕ ਕਰਦੇ ਆ, ਤਾਂ ਤੁਹਾਡਾ ਫੋਨ ਆ ਜਿਹੜਾ ਉਹ ਹੈਕ ਹੋ ਸਕਦਾ ਅਤੇ ਤੁਹਾਡੇ ਫੋਨ ਦਾ ਜਿਹੜਾ ਡਾਟਾ ਉਹ ਚੋਰੀ ਹੋ ਸਕਦਾ। ਜੇਕਰ ਤੁਹਾਡਾ ਫੋਨ ਨੰਬਰ ਹੈ ਜਿਹੜਾ ਬੈਂਕ ਖਾਤੇ ਨਾਲ ਲਿੰਕ ਕੀਤਾ ਹੋਇਆ, ਤਾਂ ਤੁਹਾਡਾ ਬੈਂਕ ਖਾਤਾ ਜਿਹੜਾ ਉਹਦੇ 'ਚੋਂ ਵੀ ਪੈਸੇ ਕੱਟੇ ਜਾ ਸਕਦੇ ਆ। ਇਹ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ, ਇਸ ਤਰ੍ਹਾਂ ਦੀ ਫਾਈਲ ਹੈ ਤੁਹਾਨੂੰ ਵਟਸਐਪ ਗਰੁੱਪਾਂ ਦੇ ਵਿੱਚ ਮਿਲੇਗੀ। ਇਹ ਤੋਂ ਸੁਚੇਤ ਰਹਿਣਾ, ਜੇਕਰ ਕਿਸੇ ਵੀਰ ਦੇ ਨਾਲ ਕੋਈ ਅਜਿਹੀ ਘਟਨਾ ਵਾਪਰਦੀ ਹੈ ਅਤੇ ਕਿਸੇ ਵੀਰ ਦੇ ਖਾਤੇ 'ਚੋਂ ਪੈਸੇ ਕੱਟੇ ਜਾਂਦੇ ਜਾਂ ਫੋਨ ਹੈਕ ਹੋ ਜਾਂਦਾ, ਤਾਂ ਉਹ ਤੁਰੰਤ ਸਰਕਾਰ ਵੱਲੋਂ ਟੋਲ ਫਰੀ ਨੰਬਰ 1930 ਇੱਥੇ ਕਾਲ ਕਰਕੇ ਤੁਸੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਅਤੇ ਇੱਕ ਲਿੰਕ ਪਾਇਆ ਗਿਆ, ਇਹ ਸਾਈਟ ਆ ਜਿਹੜੀ ਭਰ ਕੇ ਤੁਸੀਂ ਇਹ 'ਤੇ ਵੀ ਤੁਸੀਂ ਸ਼ਿਕਾਇਤ ਆ ਜਿਹੜੀ ਦਰਜ ਕਰਾ ਸਕਦੇ ਹੋ। ਅਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਭਰਾ ਦਾ ਨੁਕਸਾਨ ਨਾ ਹੋਵੇ। ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਮੇਰੇ ਪੇਜ ਨੂੰ ਫੋਲੋ ਕਰ ਲੈਣਾ। ਧੰਨਵਾਦ ਜੀ। ਜੈ ਹਿੰਦ। ਜੈ ਹਿੰਦ ਦੋਸਤੋ, ਇੱਕ ਨਵੀਂ ਕਿਸਮ ਦੇ ਫਰੋਡ ਤੋਂ ਬਚਾਉਣ ਲਈ ਤੁਹਾਡੇ ਨਾਲ ਜਿਹੜੀ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ। ਇਹ ਜਾਣਕਾਰੀ ਉਹਨਾਂ ਵੀਰਾਂ ਲਈ ਹੈ ਜਿਹੜੇ ਵਟਸਐਪ ਦੀ ਵਰਤੋਂ ਕਰਦੇ ਆ ਫੋਨ ਦੇ ਵਿੱਚ, ਜਿਨ੍ਹਾਂ ਦੇ ਵਿੱਚ ਵਟਸਐਪ ਐਪ ਹੈ ਜਿਹੜੀ ਉਹ ਇੰਸਟਾਲ ਕੀਤੀ ਹੋਈ ਹੈ। ਉਹ ਸਾਰੇ ਵੀਰ ਜਾਣਕਾਰੀ ਹੈ ਜਿਹੜੀ ਧਿਆਨ ਨਾਲ ਸੁਣ। ਜਾਣਕਾਰੀ ਇਹ ਹੈ ਕਿ ਅੱਜ ਕੱਲ੍ਹ ਜਿਹੜਾ ਵਟਸਐਪ ਗਰੁੱਪਾਂ ਦੇ ਵਿੱਚ ਅਨਨੋਨ ਨੰਬਰਾਂ ਤੋਂ ਜਿਹੜਾ ਇੱਕ ਬੈਡਿੰਗ ਇਨਵੀਟੇਸ਼ਨ, ਵਿਆਹ ਦਾ ਜਿਹੜਾ ਆਪਾਂ ਸੱਦਾ ਪੱਤਰ ਕਹਿ ਸਕਦੇ ਹਾਂ, ਉਹ ਕਾਰਡ ਆ ਜਿਹੜਾ ਉਹ APK ਫਾਈਲ ਜਾਂ PDF ਫਾਈਲ ਦੇ ਵਿੱਚ ਪਾਇਆ ਜਾ ਰਿਹਾ ਗਰੁੱਪਾਂ ਦੇ ਵਿੱਚ। ਅਤੇ ਜਦੋਂ ਵੀ ਵੀਰ ਆ ਜਿਹੜੇ ਇਹ ਚੀਜ਼ ਲਿੰਕ ਦੇ ਉੱਪਰ, ਇਹਦੇ ਐਪ ਦੇ ਉੱਪਰ ਕਲਿੱਕ ਕਰਦੇ ਆ, ਤਾਂ ਤੁਹਾਡਾ ਫੋਨ ਆ ਜਿਹੜਾ ਉਹ ਹੈਕ ਹੋ ਸਕਦਾ ਅਤੇ ਤੁਹਾਡੇ ਫੋਨ ਦਾ ਜਿਹੜਾ ਡਾਟਾ ਉਹ ਚੋਰੀ ਹੋ ਸਕਦਾ। ਜੇਕਰ ਤੁਹਾਡਾ ਫੋਨ ਨੰਬਰ ਹੈ ਜਿਹੜਾ ਬੈਂਕ ਖਾਤੇ ਨਾਲ ਲਿੰਕ ਕੀਤਾ ਹੋਇਆ, ਤਾਂ ਤੁਹਾਡਾ ਬੈਂਕ ਖਾਤਾ ਜਿਹੜਾ ਉਹਦੇ 'ਚੋਂ ਵੀ ਪੈਸੇ ਕੱਟੇ ਜਾ ਸਕਦੇ ਆ। ਇਹ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ, ਇਸ ਤਰ੍ਹਾਂ ਦੀ ਫਾਈਲ ਹੈ ਤੁਹਾਨੂੰ ਵਟਸਐਪ ਗਰੁੱਪਾਂ ਦੇ ਵਿੱਚ ਮਿਲੇਗੀ। ਇਹ ਤੋਂ ਸੁਚੇਤ ਰਹਿਣਾ, ਜੇਕਰ ਕਿਸੇ ਵੀਰ ਦੇ ਨਾਲ ਕੋਈ ਅਜਿਹੀ ਘਟਨਾ ਵਾਪਰਦੀ ਹੈ ਅਤੇ ਕਿਸੇ ਵੀਰ ਦੇ ਖਾਤੇ 'ਚੋਂ ਪੈਸੇ ਕੱਟੇ ਜਾਂਦੇ ਜਾਂ ਫੋਨ ਹੈਕ ਹੋ ਜਾਂਦਾ, ਤਾਂ ਉਹ ਤੁਰੰਤ ਸਰਕਾਰ ਵੱਲੋਂ ਟੋਲ ਫਰੀ ਨੰਬਰ 1930 ਇੱਥੇ ਕਾਲ ਕਰਕੇ ਤੁਸੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਅਤੇ ਇੱਕ ਲਿੰਕ ਪਾਇਆ ਗਿਆ, ਇਹ ਸਾਈਟ ਆ ਜਿਹੜੀ ਭਰ ਕੇ ਤੁਸੀਂ ਇਹ 'ਤੇ ਵੀ ਤੁਸੀਂ ਸ਼ਿਕਾਇਤ ਆ ਜਿਹੜੀ ਦਰਜ ਕਰਾ ਸਕਦੇ ਹੋ। ਅਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਭਰਾ ਦਾ ਨੁਕਸਾਨ ਨਾ ਹੋਵੇ। ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਮੇਰੇ ਪੇਜ ਨੂੰ ਫੋਲੋ ਕਰ ਲੈਣਾ। ਧੰਨਵਾਦ ਜੀ। ਜੈ ਹਿੰਦ।